ਵੈਰੀ ਜਿਹਨੂੰ ਸਫੇਦ ਦਾਗ ਵੀ ਕਹਿ ਦਿੰਦੇ ਨੇ ਹੌਲੀ ਹੌਲੀ ਇਹ ਵਧਦਾ ਹੋਇਆ ਰੋਗ ਪੂਰੇ ਸਰੀਰ ਦੇ ਉੱਤੇ ਜਦੋਂ ਫੈਲ ਜਾਂਦਾ ਹੈ ਤਾਂ ਲੋਕ ਵੀ ਕ੍ਰੇਣਾ ਜੀ ਕਰਨ ਲੱਗ ਪੈਂਦੇ ਨੇ ਯਾਰ ਇਹ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਦਾ ਇਹਦਾ ਸਰੀਰ ਹੋ ਗਿਆ ਹੈ ਅਕਸਰ ਇਹਨੂੰ ਆਪਾਂ ਕੋੜ ਦੀ ਬਿਮਾਰੀ ਕਹਿੰਦੇ ਆ ਪਰ ਇਹ ਕੋੜ ਨਹੀਂ ਹੈ ਇਹ ਇੱਕ ਸਕਿਨ ਦੀ ਡਿਜੀਜ਼ ਹੈ ਚਮੜੀ ਦੀ ਬਿਮਾਰੀ ਹੈ ਪਰ ਕੋੜ ਨਾਲੋਂ ਅਲੱਗ ਹੈ ਇਹਦਾ ਕਈ ਸਟੇਟਾਂ 'ਚ ਤਾਂ ਇਹਨੂੰ ਇੰਨਾ ਮਾੜਾ ਗਿਣਿਆ ਜਾਂਦਾ ਹੈ ਵੀ ਲੋਕ ਇਹਦੇ ਜਿਹਨੂੰ ਹੋਇਆ ਉਹਦੇ ਨਾਲ ਵਿਆਹ ਵੀ ਨਹੀਂ ਕਰਦੇ ਮਿੱਥਿਆ ਆਹਾਰ ਵਿਹਾਰ ਯਾਨੀ ਕਿ ਗਲਤ ਚੀਜ਼ਾਂ ਖਾਣੀਆਂ ਠੰਡੀ ਤਸੀਰ ਦੇ ਉੱਤੇ ਦੀ ਗਰਮ ਖਾਣੀ ਗਰਮ ਦੇ ਉੱਤੇ ਦੀ ਠੰਡੀ ਖਾਣੀ ਇਹਨਾਂ ਚੀਜ਼ਾਂ ਨਾਲ ਇਹਦੇ ਹੁੰਦੇ ਜਿਵੇਂ ਸਪੋਜ਼ ਕਰੋ ਆਪਾਂ ਮੱਛੀ ਕਹਿੰਦੇ ਆ ਮੱਛੀ ਨੂੰ ਆਪਾਂ ਗਰਮ ਵੀਰਿਆ ਕਹਿੰਦੇ ਆ ਗਰਮ ਤਸੀਰ ਦੀ ਕਹਿੰਦੇ ਆ ਉਹਦੇ ਉੱਤੇ ਦੀ ਦੁੱਧ ਪੀ ਲੈਣਾ ਘਰਾਂ 'ਚ ਅਕਸਰ ਹੁੰਦਾ ਵੀ ਦਹੀਂ ਖਾਦਾ ਦਹੀਂ ਦੇ ਉੱਤੇ ਦੀ ਦੁੱਧ ਪੀ ਲਿਆ ਇਸੇ ਤਰ੍ਹਾਂ ਇਹ ਸੱਟ ਲੱਗਣ ਨਾਲ ਵੀ ਹੋ ਜਾਂਦੀ ਹੈ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਆ ਕੀ ਪਰਹੇਜ਼ ਕਰਨਾ ਚਾਹੀਦਾ ਹੈ ਕੀ ਤਬਦੀਲੀ ਆਪਾਂ ਆਪਣੀ ਡਾਈਟ ਦੇ ਵਿੱਚ ਕਰ ਲਈਏ ਕਬਜ ਨਹੀਂ ਹੋਣੀ ਚਾਹੀਦੀ ਬੰਦੇ ਜਿਹੜੇ ਬੰਦੇ ਨੂੰ ਕਬਜ ਹੈ ਉਹਨੂੰ ਫਲਵੇਰੀ ਕੀ ਕੋਈ ਵੀ ਬਿਮਾਰੀ ਠੀਕ ਨਹੀਂ ਕੀਤੀ ਜਾ ਸਕਦੀ ਪਰ ਅਕਸਰ ਲੋਕ ਹੱਥ ਤੱਕ ਮਲਾਉਣ ਤੋਂ ਝਿਜਕਦੇ ਨੇ ਕੀ ਇਹ ਇੱਕ ਤੋਂ ਦੂਜੇ ਬੰਦੇ ਨੂੰ ਹੋ ਸਕਦੀ ਹੈ ਜੀ ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਇਹ ਛੂਹਾਛੂਤ ਦੀ ਬਿਮਾਰੀ ਨਹੀਂ ਹੈ ਇਹ ਚਾਹੇ ਆਪਾਂ ਉਹਦੇ ਨਾਲ ਪਏ ਰਹੀਏ ਬੈਠੇ ਰਹੀਏ ਹੱਥ ਮਲਾਈਏ ਖਾਈਏ ਇਹ ਇੱਕ ਤੋਂ ਦੂਜੇ ਨੂੰ ਨਹੀਂ ਆਉਂਦੀ ਇਹਦਾ ਕੋਈ ਵੀ ਐਂ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਦੇਖਿਆ ਜਾਂਦਾ ਹੈ ਕਿ ਵੈਸੇ ਵੀ ਕਈ ਵਾਰ ਚਮੜੀ ਦੇ ਉੱਤੇ ਸਫੇਦ ਦਾਗ ਹੋ ਜਾਂਦੇ ਨੇ ਜਿਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਕੈਲਸ਼ੀਅਮ ਦੀ ਕਮੀ ਹੋ ਗਈ ਹੈ ਜੀ ਉਹਦੀ ਤੇ ਇਹਦੀ ਆਪਾਂ ਪਛਾਣ ਕਿਵੇਂ ਕਰ ਸਕਦੇ ਨੇ ਖੇਦ ਕੋਸ਼ਟ ਜਿਹੜੀ ਬਿਮਾਰੀ ਹੈ ਇਹ ਬਹੁਤ ਲੰਬੇ ਸਮੇਂ ਤੱਕ ਰਹੂਗੀ ਤੇ ਅੱਗੇ ਤੋਂ ਅੱਗੇ ਵਧੀ ਜਾਊਗੀ ਜਿਹੜੇ ਕੈਲਸ਼ੀਅਮ ਦੀ ਘਾਟ ਦੇ ਨਾਲ ਹੁੰਦੇ ਨੇ ਜਾਂ ਕਈ ਵਾਰ ਪੇਟ 'ਚ ਕੀੜੇ ਹੋਣ ਉਹਨਾਂ ਕਰਕੇ ਵੀ ਸਫੇਦ ਦਾਗ ਹੋ ਜਾਂਦੇ ਨੇ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਵੀ ਹਾਂ ਆਪਾਂ ਠੀਕ ਹੋ ਸਕਦੇ ਹਾਂ ਇਹ ਬਿਮਾਰੀ ਦਾ ਇਲਾਜ ਹੋ ਸਕਦਾ ਇਹ ਨਹੀਂ ਆ ਵੀ ਇਹਦਾ ਇਲਾਜ ਨਹੀਂ ਹੋ ਸਕਦਾ ਜੀ ਨੰਬਰ 2 ਤੇ ਇੱਕ ਸਬਰ ਹੋਣਾ ਚਾਹੀਦਾ ਇੱਕ ਪੇਸ਼ੈਂਟਸ ਹੋਣੀ ਚਾਹੀਦੀ ਹੈ ਵੀ ਡਾਕਟਰ ਨੇ ਜਿਵੇਂ ਕਿਹਾ ਜਿੰਨੀ ਦੇਰ ਕਿਹਾ ਆਪਾਂ ਨੂੰ ਦਵਾਈ ਖਾਣੀ ਚਾਹੀਦੀ ਹੈ ਆਪਾਂ ਨੂੰ ਇਕੱਲੇ ਟ్రਾਇਲ ਨਹੀਂ ਕਰਨੇ ਚਾਹੀਦੇ ਵੀ 15 ਦਿਨ ਇਸ ਡਾਕਟਰ ਤੋਂ ਖਾ ਲਈ 10 ਮੀਨਾਏ ਤੋਂ ਖਾ ਲਈ ਪੀਨਾਏ ਤੋਂ ਖਾ ਲਈ ਇਹ ਇੱਕ ਲੰਬੇ ਟਾਈਮ ਦੀ ਉਹ ਪਲਾਨਿੰਗ ਕਰਕੇ ਚੱਲਣਾ ਪਊਗਾ ਤਾਂ ਆਪਾਂ ਇਹਦੇ ਨਾਲ ਕ્યોਰ ਹੋ ਸਕਦੇ ਆ ਜੋੜ ਸਾ ਵੀ ਜੈਨੇਟਿਕ ਹੈ ਜਿਸ ਤਰ੍ਹਾਂ ਪੀੜੀਦਰ ਪੀੜੀ ਵੀ ਆ ਸਕਦੀ ਹੈ ਜਿਸ ਤਰ੍ਹਾਂ ਕਿ ਮਤਲਬ ਕਿ ਮਾਂ ਤੋਂ ਬੱਚੇ ਨੂੰ ਹੋ ਸਕਦੀ ਹੈ ਜੀ ਮਾਂ ਤੋਂ ਬੱਚੇ ਨੂੰ ਹੋਣ ਦੇ ਚਾਂਸ ਘੱਟ ਨੇ ਇੱਕ ਪੀੜੀ ਛੱਡ ਕੇ ਹੋਣ ਦੇ ਚਾਂਸ ਜਿਆਦਾ ਹੁੰਦੇ ਨੇ ਜੀ ਜਿਵੇਂ ਨਾਨਾ ਨਾਨੀ ਨੂੰ ਹੈ ਉਸ ਤੋਂ ਆਪਾਂ ਨੂੰ ਆ ਗਈ ਦਾਦਾ ਦਾਦੀ ਨੂੰ ਹੈ ਉਸ ਤੋਂ ਆ ਗਈ ਸਸ਼ਰਕਾਲ D5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਟੇਕ ਕੇਅਰ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਦੇ ਹਾਂ ਤੇ ਵਿਸ਼ੇ ਜੁੜੇ ਹੁੰਦੇ ਨੇ ਸਾਡੀ ਸਿਹਤ ਦੇ ਨਾਲ ਕਿ ਸਿਹਤ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਅਸੀਂ ਬਚਾਅ ਕਰ ਸਕਦੇ ਹਾਂ ਗੰਭੀਰ ਰੋਗਾਂ ਤੋਂ ਇਸ ਤੋਂ ਇਲਾਵਾ ਕੀ ਪਰਹੇਜ਼ ਹੁੰਦੇ ਨੇ ਤੇ ਮੌਸਮੀ ਬਿਮਾਰੀਆਂ ਕਿਹੜੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੇ ਰੋਗ ਨੇ ਪੂਰੀ ਤਰ੍ਹਾਂ ਦੇ ਨਾਲ ਸਰੀਰ ਦੇ ਵਿੱਚ ਘਰ ਘਰ ਸੈ ਜਾਂਦੇ ਨੇ ਉਹਨਾਂ ਦੇ ਕੀ ਸਿੰਪਟਮ ਨੇ ਤੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਮਿਰਲ ਮੌਜੂਦ ਨੇ ਸਟੂਡੀਓ ਦੇ ਵਿੱਚ ਡਾਕਟਰ ਅਨਿਲ ਕਰਗ ਜੋ ਰਟਾਇਰਡ ਜ਼ਿਲ੍ਹਾ ਆਯੁਰਵੈਦਿਕ ਮੈਡੀਕਲ ਅਫਸਰ ਨੇ ਤੇ ਨਾਲ ਹੀ ਦੱਸ ਦਈਏ ਕਿ ਇਹਨਾਂ ਦੀ ਮੁਹਾਰਤ ਆਯੁਰਵੈਦ ਦੇ ਵਿੱਚ ਪਹਿਲਾਂ ਵੀ ਕਈ ਵਾਰ ਸਾਡੇ ਸੱਦੇ ਦੇ ਉੱਤੇ ਇਸ ਮੰਚ ਦੇ ਉੱਤੇ ਆਏ ਨੇ D5 ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋਏ ਨੇ ਤੇ ਆਪਣੇ ਜਿਹੜੇ ਇਹਨਾਂ ਦੀ ਮੁਹਾਰਤ ਉਹਦੇ ਵਿੱਚ 골ਡ ਮੈਡਲਿਸਟ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਧੰਨਵਾਦ ਸਰ ਡਾਕਟਰ ਸਾਹਿਬ ਅੱਜ ਥੋੜਾ ਜਿਹਾ ਇੱਕ ਹਟਕੇ ਵਿਸ਼ੇ ਤੇ ਉੱਤੇ ਗੱਲ ਕਰਾਂਗੇ ਫੁੱਲ ਵੈਰੀ ਜਿਨੂੰ ਸਫੇਦ ਦਾਗ ਵੀ ਕਹਿ ਦਿੰਦੇ ਨੇ ਹੌਲੀ ਹੌਲੀ ਵਧਦਾ ਹੋਇਆ ਰੋਗ ਪੂਰੇ ਸਰੀਰ ਦੇ ਉੱਤੇ ਜਦੋਂ ਫੈਲ ਜਾਂਦਾ ਹੈ ਤਾਂ ਲੋਕ ਵੀ ਕ੍ਰੇਣਾ ਜੀ ਕਰਨ ਲੱਗ ਪੈਂਦੇ ਨੇ ਯਾਰ ਇਹ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਦਾ ਇਹਦਾ ਸਰੀਰ ਹੋ ਗਿਆ ਹੈ ਤਾਂ ਕਾਫੀ ਸਮਾਜ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅੱਜ ਇਹਦੇ ਤੇ ਆਪਾਂ ਚਰਚਾ ਕਰਦੇ ਹਾਂ ਜੀ ਅਸਲ ਦੇ ਵਿੱਚ ਫੁਲਬੈਰੀ ਜਿਹੜੇ ਸਫੇਦ ਦਾਗ ਨੇ ਉਹ ਹੈ ਕੀ ਜਦੋਂ ਚਮੜੀ ਦਾ ਰੰਗ ਸਫੇਦ ਹੋਣ ਲੱਗਦਾ ਹੈ ਉਹਨੂੰ ਆਪਾਂ ਸਫੇਦ ਰੋਗ ਕਹਿੰਦੇ ਆ ਫੁਲਬੈਰੀ ਕਹਿੰਦੇ ਆ ਸ਼ਵੇਦ ਕੁਸਟ ਕਹਿੰਦੇ ਆ ਹੂੰ ਅਕਸਰ ਇਹਨੂੰ ਆਪਾਂ ਕੋੜ ਦੀ ਬਿਮਾਰੀ ਕਹਿੰਦੇ ਆ ਪਰ ਇਹ ਕੋੜ ਨਹੀਂ ਹੈ ਇਹ ਇੱਕ ਸਕਿਨ ਦੀ ਡਿਜੀਜ਼ ਹੈ ਚਮੜੀ ਦੀ ਬਿਮਾਰੀ ਹੈ ਪਰ ਕੋੜ ਨਾਲੋਂ ਅਲੱਗ ਹੈ ਇਹਦਾ ਕਈ ਸਟੇਟਾਂ 'ਚ ਤਾਂ ਇਹਨੂੰ ਇੰਨਾ ਮਾੜਾ ਗਿਣਿਆ ਜਾਂਦਾ ਹੈ ਵੀ ਲੋਕ ਇਹਦੇ ਜਿਹਨੂੰ ਹੋਇਆ ਵਾ ਉਹਦੇ ਨਾਲ ਵਿਆਹ ਵੀ ਨਹੀਂ ਕਰਦੇ ਹੂੰ ਇੰਨਾ ਜ਼ਿਆਦਾ ਇਹਦੇ ਨਾਲ ਕਿਰਣਾ ਕਰਦੇ ਨੇ ਪਰ ਇਹ ਆਹੀ ਜੀ ਕੋਈ ਦਿੱਕਤ ਨਹੀਂ ਹੈ ਇਹ ਆਰਾਮ ਨਾਲ ਸਾਰਾ ਕੁਝ ਇਹਦੇ ਨਾਲ ਸੈਟਲ ਹੋ ਸਕਦਾ ਪਰ ਆਦਮੀ ਨੂੰ ਨੌਲੇਜ ਹੋਣੀ ਚਾਹੀਦੀ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਤੇ ਦੇ ਕਾਰਨ ਕੀ ਬੰਦੇ ਨੇ ਕਿਉਂ ਇਹ ਰੋਗ ਇਨਸਾਨ ਨੂੰ ਘੇਰ ਲੈਂਦਾ ਹੈ ਤੇ ਹੌਲੀ-ਹੌਲੀ ਜਿਹੜਾ ਉਹਦਾ ਚਮੜੀ ਦਾ ਰੰਗ ਹੈ ਉਹ ਪੂਰਾ ਬਦਲ ਹੀ ਜਾਂਦਾ ਹੈ ਜਿਹੜੀ ਆਧੁਨਿਕ ਸਾਇੰਸ ਹੈ ਮਾਡਰਨ ਸਾਇੰਸ ਜਿਹਨੂੰ ਕਹਿੰਦੇ ਆ ਉਹਦੇ ਚ ਇਹਦੀ ਟਿਓਲੋਜੀ ਹਾਲੇ ਤੱਕ ਅਨਨੋਨ ਹੈ ਕੋਈ ਕਾਰਨ ਨਹੀਂ ਹੈ ਇਹਦਾ ਪਰ ਆਯੁਰਵੇਦ ਨੇ ਸ਼ੁਰੂ ਤੋਂ ਹੀ ਇਹਦਾ ਇੱਕ ਕਾਰਨ ਮੰਨਿਆ ਮਿੱਥਿਆ ਆਹਾਰ ਵਿਹਾਰ ਯਾਨੀ ਕਿ ਗਲਤ ਚੀਜ਼ਾਂ ਖਾਣੀਆਂ ਠੰਡੀ ਤਸੀਰ ਦੇ ਉੱਤੇ ਦੀ ਗਰਮ ਖਾਣੀ ਗਰਮ ਦੇ ਉੱਤੇ ਦੀ ਠੰਡੀ ਖਾਣੀ ਇਹਨਾਂ ਚੀਜ਼ਾਂ ਨਾਲ ਇਹਦੇ ਹੋਣਦੇ ਜਿਵੇਂ ਸਪੋਜ਼ ਕਰੋ ਆਪਾਂ ਮੱਛੀ ਕਹਿੰਦੇ ਆ ਮੱਛੀ ਨੂੰ ਆਪਾਂ ਗਰਮ ਵੀਰਿਆ ਕਹਿੰਦੇ ਆ ਗਰਮ ਤਸੀਰ ਦੀ ਕਹਿੰਦੇ ਆ ਉਹਦੇ ਉੱਤੇ ਦੀ ਦੁੱਧ ਪੀ ਲੈਣਾ ਘਰਾਂ 'ਚ ਅਕਸਰ ਹੁੰਦਾ ਵੀ ਦਹੀਂ ਖਾਦਾ ਦਹੀਂ ਦੇ ਉੱਤੇ ਦੀ ਦੁੱਧ ਪੀ ਲਿਆ ਹੂੰ ਇਸੇ ਤਰ੍ਹਾਂ ਇਹ ਸੱਟ ਲੱਗਣ ਨਾਲ ਵੀ ਹੋ ਜਾਂਦੀ ਹੈ ਕਈ ਵਾਰ ਸੱਟ ਲੱਗੀ ਹੁੰਦੀ ਆ ਉੱਥੇ ਸਫੇਦ ਹੋ ਗਿਆ ਉੱਥੋਂ ਵੀ ਵੱਜ ਜਾਂਦੀ ਹੈ ਇਹਦੇ ਬਹੁਤ ਕਾਰਨ ਹੋ ਸਕਦੇ ਨੇ ਮੇਨ ਕਾਰਨ ਹੈ ਇਹਦਾ ਮਿੱਥਿਆ ਆਹਾਰ ਵਿਹਾਰ ਜੀ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਆ ਕੀ ਪਰਹੇਜ਼ ਕਰਨਾ ਚਾਹੀਦਾ ਹੈ ਕੀ ਤਬਦੀਲੀ ਆਪਾਂ ਆਪਣੀ ਡਾਈਟ ਦੇ ਵਿੱਚ ਕਰ ਲਈਏ ਜੀ ਸਭ ਤੋਂ ਪਹਿਲਾਂ ਇਹ ਚ ਬਹੁਤ ਜ਼ਰੂਰੀ ਨੇ ਤਿੰਨ ਚੀਜ਼ਾਂ ਇੰਪੋਰਟੈਂਟ ਨੇ ਸਭ ਤੋਂ ਪਹਿਲਾਂ ਕਬਜ ਨਹੀਂ ਹੋਣੀ ਚਾਹੀਦੀ ਬੰਦੇ ਜਿਹੜੇ ਬੰਦੇ ਨੂੰ ਕਬਜ ਹੈ ਉਹਨੂੰ ਫਲਵੇਰੀ ਕੀ ਕੋਈ ਵੀ ਬਿਮਾਰੀ ਠੀਕ ਨਹੀਂ ਕੀਤੀ ਜਾ ਸਕਦੀ ਜਿਸ ਬੰਦੇ ਦਾ ਪੇਟ ਸਾਫ ਹੁੰਦਾ ਆਯੁਰਵੇਦ ਚ 99% ਬਿਮਾਰੀਆਂ ਪੇਟ ਦੇ ਨਾਲ ਰਿਲੇਟਡ ਮੰਨੀਆਂ ਗਈਆਂ ਨੇ ਜਿਸ ਵਿਅਕਤੀ ਦਾ ਪੇਟ ਨਹੀਂ ਸਾਫ ਹੁੰਦਾ ਜਿਸ ਆਦਮੀ ਦਾ ਪੇਟ ਨਹੀਂ ਸਾਫ ਹੁੰਦਾ ਉਹ ਕਦੇ ਵੀ ਰੋਗ ਮੁਕਤ ਨਹੀਂ ਹੋ ਸਕਦਾ ਸਭ ਤੋਂ ਪਹਿਲਾਂ ਕਬਜ ਨਹੀਂ ਹੋਣ ਦੇਣੀ ਆ ਕਾਦੇ ਨੰਬਰ 2 ਤੇ ਅਪਾ ਇਹਦੇ ਵਿੱਚ ਚਟਪਟੀਆਂ ਚੀਜ਼ਾਂ ਨਹੀਂ ਖਾਣੀਆਂ ਚਟਪਟੀਆਂ ਉਹ ਨੇ ਜਿਹੜੀਆਂ ਤਿੱਖੀਆਂ ਚੀਜ਼ਾਂ ਨੇ ਯਾ ਜਿਨ੍ਹਾਂ ਨੂੰ ਦੇਖ ਕੇ ਅਪਾ ਕਹਿੰਦੇ ਆ ਮੂੰਹ 'ਚ ਪਾਣੀ ਆ ਗਿਆ ਸੈਕ੍ਰੀਸ਼ਨ 'ਚ ਜ਼ਿਆਦਾ ਲਿਆਉਂਦੀਆਂ ਨੇ ਉਹ ਚੀਜ਼ਾਂ ਨਹੀਂ ਖਾਣੀਆਂ ਨੰਬਰ 3 ਤੇ ਕਾਲੇ ਛੋਲੇ ਕਾਲੇ ਛੋਲੇ ਜਿੰਨੇ ਵੱਧ ਤੋਂ ਵੱਧ ਖਾਵਾਂਗੇ ਚਬਾ ਕੇ ਖਾਵਾਂਗੇ ਉਨਾਂ ਜਲਦੀ ਠੀਕ ਹੋਊਗਾ ਹੁਣ ਕਾਲੇ ਛੋਲੇ ਅਪਾ ਕਿਵੇਂ ਖਾ ਸਕਦੇ ਆ ਰਾਤ ਨੂੰ ਭਿਓ ਕੇ ਰੱਖ ਦੋ ਖਾ ਲਓ ਉਬਾਲ ਕੇ ਖਾ ਲਓ ਭੁੰਨੇ ਵੇ ਖਾ ਲਓ ਸਬਜ਼ੀ ਬਣਾ ਕੇ ਖਾ ਲਓ ਯਾ ਕੋਈ ਬੇਸਨ ਦੀ ਚੀਜ਼ ਖਾ ਲਓ ਇਹ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਦੇ ਵਿੱਚ ਜੀ ਤੇ ਨਾਲ ਹੀ ਇੱਕ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਹੈ ਕਿ ਘਰੇਨਾ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਇਸ ਰੋਗ ਤੋਂ ਗ੍ਰਸਤ ਹੋ ਜਾਂਦਾ ਹੈ ਤੇ ਇੱਕ ਬੜਾ ਅਹਿਮ ਸਵਾਲ ਆ ਜਾਂਦਾ ਹੈ ਕਈ ਵਾਰ ਅਕਸਰ ਲੋਕ ਹੱਥ ਤੱਕ ਮਲਾਉਣ ਤੋਂ ਝਿਜਕਦੇ ਨੇ ਕਿ ਇਹ ਇੱਕ ਤੋਂ ਦੂਜੇ ਬੰਦੇ ਨੂੰ ਹੋ ਸਕਦੀ ਹੈ ਜੀ ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਇਹ ਛੂਹਾਛੂਤ ਦੀ ਬਿਮਾਰੀ ਨਹੀਂ ਹੈ ਇਹ ਚਾਹੇ ਆਪਾਂ ਉਹਦੇ ਨਾਲ ਪਏ ਰਹੀਏ ਬੈਠੇ ਰਹੀਏ ਹੱਥ ਮਲਾਈਏ ਖਾਈਏ ਇਹ ਇੱਕ ਤੋਂ ਦੂਜੇ ਨੂੰ ਨਹੀਂ ਆਉਂਦੀ ਇਹਦਾ ਕੋਈ ਵੀ ਐ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਇਹ ਬੁਮਾਰੀ ਛੂਆ ਛੂਦੀ ਬਿਮਾਰੀ ਨਹੀਂ ਹੈ ਇਹ ਸਭ ਤੋਂ ਜ਼ਰੂਰੀ ਹੈ ਸਮਾਜ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਤੇ ਜਿਹੜਾ ਪੇਸ਼ੈਂਟ ਹੈ ਰੋਗੀ ਹੈ ਉਹਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਜਾ ਕੇ ਇਹਨੂੰ ਆਪਾਂ ਲੜ ਸਕਦੇ ਹਾਂ ਇਹ ਤੇ ਇੱਕ ਅਕਸਰ ਡਾਕਟਰ ਸਾਹਿਬ ਦੇਖਿਆ ਜਾਂਦਾ ਹੈ ਕਿ ਵੈਸੇ ਵੀ ਕਈ ਵਾਰ ਚਮੜੀ ਦੇ ਉੱਤੇ ਸਫੇਦ ਦਾਗ ਹੋ ਜਾਂਦੇ ਨੇ ਜਿਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਕੈਲਸ਼ੀਅਮ ਦੀ ਕਮੀ ਹੋ ਗਈ ਹੈ ਜੀ ਉਹਦੀ ਤੇ ਇਹਦੀ ਆਪਾਂ ਪਛਾਣ ਕਿਵੇਂ ਕਰ ਸਕਦੇ ਹਾਂ ਜੀ ਸਰ ਲਿਊਕੋਡਰਮਾ ਜਿਹੜੀ ਬਿਮਾਰੀ ਹੈ ਸਵੇਦ ਕੋਸ਼ਟ ਜਿਹੜੀ ਬਿਮਾਰੀ ਹੈ ਇਹ ਬਹੁਤ ਲੰਬੇ ਸਮੇਂ ਤੱਕ ਰਹੂਗੀ ਤੇ ਅੱਗੇ ਤੋਂ ਅੱਗੇ ਵਧੀ ਜਾਊਗੀ ਜਿਹੜੇ ਕੈਲਸ਼ੀਅਮ ਦੀ ਘਾਟ ਦੇ ਨਾਲ ਹੁੰਦੇ ਨੇ ਜਾਂ ਕਈ ਵਾਰ ਪੇਟ ਚ ਕੀੜੇ ਹੋਣ ਉਹਨਾਂ ਕਰਕੇ ਵੀ ਸਫੇਦ ਦਾਗ ਹੋ ਜਾਂਦੇ ਨੇ ਉਹਦੇ ਵਾਸਤੇ ਆਪਾਂ ਜੇ ਡੀਵਾਰਮ ਵੀ ਕਰ ਦਈਏ ਬੰਦੇ ਨੂੰ ਤਾਂ ਵੀ ਠੀਕ ਹੋ ਜਾਂਦਾ ਪਰ ਇਹ ਬਿਮਾਰੀ ਉਸ ਤਰ੍ਹਾਂ ਠੀਕ ਨਹੀਂ ਹੁੰਦੀ ਜੀ ਤੇ ਆਯੁਰਵੇਦ ਦੇ ਵਿੱਚ ਇਹਦਾ ਕੀ ਹਾਲ ਹੈ ਕਿਹੜੀ ਦਵਾਈ ਹੈ ਜਿਹੜੀ ਸਾਡੇ ਦਰਸ਼ਕ ਵੀ ਕਈ ਉਹਨਾਂ ਦੇ ਰਿਸ਼ਤੇਦਾਰਾਂ ਉਹਨਾਂ ਦੇ ਜਾਣਨ ਵਾਲੇ ਇਸ ਬਿਮਾਰੀ ਤੋਂ ਗ੍ਰਸਤ ਹੋਣਗੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਕਿਹੜੀ ਦਵਾਈ ਹੈ ਆਯੁਰਵੇਦ ਦੇ ਵਿੱਚ ਕਿਸ ਤਰ੍ਹਾਂ ਕਯੂਰ ਕਰ ਸਕਦੇ ਹਾਂ ਉਹਦੇ ਨਾਲ ਉਹਨੇ ਚ ਕਈ ਚੀਜ਼ਾਂ ਇੰਪੋਰਟੈਂਟ ਨੇ ਸਭ ਤੋਂ ਪਹਿਲਾਂ ਤਾਂ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਆਪਾਂ ਠੀਕ ਹੋ ਸਕਦੇ ਹਾਂ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਵੀ ਹਾਂ ਆਪਾਂ ਠੀਕ ਹੋ ਸਕਦੇ ਹਾਂ ਇਹ ਬਿਮਾਰੀ ਦਾ ਇਲਾਜ ਹੋ ਸਕਦਾ ਇਹ ਨਹੀਂ ਹੈ ਵੀ ਇਹਦਾ ਇਲਾਜ ਨਹੀਂ ਹੋ ਸਕਦਾ ਜੀ ਨੰਬਰ 2 ਤੇ ਇੱਕ ਸਬਰ ਹੋਣਾ ਚਾਹੀਦਾ ਇੱਕ ਪੇਸ਼ੈਂਸ ਹੋਣੀ ਚਾਹੀਦੀ ਹੈ ਵੀ ਡਾਕਟਰ ਨੇ ਜਿਵੇਂ ਕਿਹਾ ਜਿੰਨੀ ਦੇਰ ਕਿਹਾ ਆਪ ਨੂੰ ਦਵਾਈ ਖਾਣੀ ਚਾਹੀਦੀ ਹੈ ਆਪਾਂ ਨੂੰ ਇਕੱਲੇ ਟ੍ਰਾਇਲ ਨਹੀਂ ਕਰਨੇ ਚਾਹੀਦੇ ਵੀ 15 ਦਿਨ ਇਸ ਡਾਕਟਰ ਤੋਂ ਖਾਲੀ ਦਾ ਮੀਨਾ ਇਹ ਤੋਂ ਖਾਲੀ ਪੀਣਾ ਨਹੀਂ ਤੋਂ ਖਾਲੀ ਇਹ ਇੱਕ ਲੰਬੇ ਟਾਈਮ ਦੀ ਉਹ ਪਲੈਨਿੰਗ ਕਰਕੇ ਚੱਲਣਾ ਪਊਗਾ ਤਾਂ ਆਪਾਂ ਇਹਦੇ ਨਾਲ ਕ્યોਰ ਹੋ ਸਕਦੇ ਆ ਇਹ ਨਹੀਂ ਹੈਗਾ ਸ਼ਾਰਟ ਟਰਮ ਨਹੀਂ ਹੈਗਾ ਇਹਦੇ ਚ ਅੱਛਾ ਦਵਾਈ ਕੀ ਹੋ ਸਕਦੀ ਹੈ ਜਿੰਨੇ ਵੀ ਗ੍ਰੰਥ ਨੇ ਅੱਜ ਤੱਕ ਜੋ ਵੀ ਰਿਸਰਚ ਹੋਈ ਹੈ ਜਿਹੜੀ ਬਾਬਚੀ ਆਉਂਦੀ ਹੈ ਬੜੇ ਦਾਣੇ ਵਾਲੀ ਉਹ ਸਭ ਤੋਂ ਇੰਪੋਰਟੈਂਟ ਇਨਗਰੀਡੀਅੰਟ ਹੈ ਇਸ ਦਵਾਈ ਦਾ ਬਾਬਚੀ ਨੂੰ ਬੜੇ ਦਾਣੇ ਵਾਲੀ ਨੂੰ ਲਾਓ ਉਹਨੂੰ 7 ਦਿਨ ਜਮ ਹੁੰਦੇ ਪਾਣੀ ਚ ਭਿਓ ਕੇ ਰੱਖ ਦੋ ਉਹਨੂੰ ਰੋਜ਼ ਪਾਣੀ ਬਦਲਣਾ 7 ਦਿਨ ਬਾਅਦ ਉਹਦਾ ਛਿਲਕਾ ਲਾ ਦੋ ਜੇ 7 ਦਿਨ ਚ ਨਹੀਂ ਛਿਲਕਾ ਉਤਰਦਾ ਤਾਂ ਉਹਨੂੰ 7 ਦੀ ਜਗ੍ਹਾ 14 ਦਿਨ ਭਿਓ ਕੇ ਰੱਖ ਦੋ 14 ਦਿਨ ਬਾਅਦ ਉਹਦਾ ਛਿਲਕਾ ਬਿਲਕੁਲ ਉਤਰ ਜਾਊਗਾ ਛਿਲਕੇ ਨੂੰ ਅਲੱਗ ਕਰ ਦੋ ਫਿਰ ਉਹਨੂੰ 7 ਦਿਨ ਅਦਰਕ ਦੇ ਪਾਣੀ ਚ ਭਿਓ ਦੋ ਰੋਜ਼ ਪਾਣੀ ਬਦਲਣਾ ਉਸ ਤੋਂ ਬਾਅਦ ਉਹਨੂੰ ਪੀਸ ਲਓ ਉਹ ਜੀ ਗੰਧਕ ਹੋ ਗਿਆ ਗੰਧਰਕ ਹੋਗੀ ਤ੍ਰਿਫਲਾ ਹੋ ਗਿਆ ਮਕੋ ਹੋਗੀ ਕਾਲੀ ਮਕੋ ਦੀਆਂ ਪੱਤੀਆਂ ਹੁੰਦੀਆਂ ਕਾਲੀ ਮਕੋ ਦੀਆਂ ਉਹ ਮਿਲਾ ਲਿਆ ਜਾਂਨ ਇਹ ਸਾਰਾ ਕੁਝ ਮਿਲਾ ਕੇ ਇਹਨਾਂ ਨੂੰ ਪੀਸ ਕੇ 1 ਗ੍ਰਾਮ ਸਵੇਰੇ 1 ਸ਼ਾਮ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਗਰਮ ਪਾਣੀ ਨਾਲ ਲੱਤੀ ਜਾ ਸਕਦੀ ਜਿਹੜੀ ਕਿ ਰਾਮਵਾਨ ਮੰਗੋ ਅਸਰ ਕਰਦੀ ਹੈ ਬਹੁਤ ਹੀ ਵਧੀਆ ਇਫੈਕਟ ਹੈ ਇਹਦਾ ਇਹਦੇ ਤੇ ਜੀ ਸੌਰੀ ਡਾਕਟਰ ਸਾਹਿਬ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਕ्योर ਕਰ ਸਕਦੇ ਹਾਂ ਇਹ ਕਿੱਥੋਂ ਉਪਲਬਧ ਹੁੰਦੀਆਂ ਨੇ ਆਪਾਂ ਨੂੰ ਆਮ ਬਾਜ਼ਾਰ 'ਚ ਮਿਲ ਜਾਂਦੀਆਂ ਨੇ ਦੇਖੋ ਬਾਪ ਜੀ ਹੈ ਕਿਸੇ ਵੀ ਪੰਸਾਰੀ ਕੋਲ ਚਲੇ ਜਾਓ ਬਹੁਤ ਹੀ ਸਸਤੀ ਰੇਟ ਤੇ ਮਿਲ ਜਾਂਦੀ ਹੈ ਕੋਈ ਇਹ ਨਹੀਂ ਵੀ ਬਹੁਤ ਮਹਿੰਗੀ ਹੈ ਬੰਦਾ ਖਰੀਦ ਨਹੀਂ ਸਕਦਾ ਗਰੀਬ ਤੋਂ ਗਰੀਬ ਆਦਮੀ ਲੈ ਸਕਦਾ ਮਕੋ ਆਮ ਖੜੀਆ ਜੇ ਨਹੀਂ ਵੀ ਖੜੀ ਤਾਂ ਪੰਸਾਰੀ ਤੋਂ ਮਿਲ ਜਾਂਦੀ ਹੈ ਠੀਕ ਹੈ ਤ੍ਰਿਫਲਾ ਹਾਰਡਵੇੜ ਆਮਲਾ ਇਹ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਲੱਤਾ ਜਾ ਸਕਦਾ ਹੈ ਇਹਨਾਂ ਚੀਜ਼ਾਂ ਚ ਆਈ ਜੀ ਕੋਈ ਵੀ ਦਵਾਈ ਨਹੀਂ ਹੈ ਜਿਹੜੀ ਨਾ ਮਿਲਦੀ ਹੋਵੇ ਇਹ ਦੁਨੀਆ ਦੇ ਕਿਸੇ ਵੀ ਖੁੰਝੇ ਚ ਖਾਸ ਕਰਕੇ ਭਾਰਤ ਦੇ ਦਾ ਕਿਸੇ ਵੀ ਕੋਨੇ ਚ ਮਿਲ ਸਕਦੀ ਹੈ ਤੇ ਜਿੰਨੀ ਮਰਜ਼ੀ ਲੈ ਲਓ ਤੇ ਬਹੁਤ ਸਸਤੀ ਹੈ ਜੀ ਤੇ ਕਿਸ ਕੰਡੀਸ਼ਨ ਤੱਕ ਇਸ ਨੂੰ ਆਪਾਂ ਕਯੂਰ ਕਰ ਸਕਦੇ ਹਾਂ ਜੀ ਕਈ ਵਾਰ ਤੇ ਇਹ ਹੁੰਦਾ ਹੈ ਕਿ ਸਰੀਰ ਦੇ ਕਿਸੇ ਇੱਕ ਹਿੱਸੇ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ 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 ਪੂਰੇ ਸਰੀਰ ਤੇ ਮੂੰਹ ਤੇ ਹਰ ਥਾਂ ਦੇ ਉੱਤੇ ਫੈਲ ਜਾਂਦੀ ਹੈ ਕਿੰਨਾ ਕੁ ਮਤਲਬ ਰੂਪ ਆ ਉਹ ਆਪਾਂ ਹੈਂਡਲ ਕਰ ਸਕਦੇ ਹਾਂ ਤੇ ਜ਼ਿਆਦਾ ਫੈਲੀ ਹੋਈ ਨਹੀਂ ਕੀਤਾ ਜਾ ਸਕਦਾ ਜੀ ਇਸ ਨੂੰ ਬਿਮਾਰੀ ਨੂੰ ਕਿਸੇ ਵੀ ਰੂਪ ਚ ਆਪਾਂ ਹੈਂਡਲ ਕਰ ਸਕਦੇ ਆ ਪਰ ਆਦਮੀ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਵੀ ਉਹ ਡਾਕਟਰ ਦੇ ਕਹੇ ਪਰਹੇਜ਼ ਵੀ ਮੰਨ ਲਵੇ ਉਹਦੇ ਦੱਸੀ ਵੀ ਦਵਾਈ ਵੀ ਲਗਾਤਾਰ ਖਾਈ ਜਾਵੇ ਇਹ ਘਟੋ ਘਟਾ ਟਾਈਮ ਲਾ ਕੇ ਚੱਲੋ ਵੀ 3-4 ਮਹੀਨੇ ਤੋਂ ਲੈ ਕੇ 2-3 ਸਾਲ ਵੀ ਖਾਣੀ ਪੈ ਸਕਦੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਾਰਾ ਸ਼ਰੀਰ ਫੈਲਿਆ ਹੋਵੇ ਉਹ 2-3 ਸਾਲ ਲਾ ਕੇ ਚੱਲੋ ਬਾਕੀ 3 ਮਹੀਨੇ ਤੋਂ 6 ਮਹੀਨੇ ਲਗਾ ਕੇ ਚੱਲੋ ਇਹਨੂੰ ਕਿਊਰ ਕੀਤਾ ਜਾ ਸਕਦਾ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਦੱਸ ਦਿੱਤਾ ਹੈ ਕਿ ਜਿਹੜਾ ਦੇਸੀ ਤਰੀਕੇ ਦੇ ਨਾਲ ਜਾਂ ਆਯੁਰਵੈਦਿਕ ਤਰੀਕੇ ਦੇ ਨਾਲ ਆਪਾਂ ਇਸ ਨੂੰ ਕਿਉਰ ਕਰ ਸਕਦੇ ਹਾਂ ਪਰ ਜਿਹੜੀਆਂ ਦਵਾਈਆਂ ਨੇ ਦਵਾਈ ਲਾਉਣੀ ਜ਼ਰੂਰੀ ਹੈ ਉਹਦੇ ਨਾਲ ਵੀ ਫਰਕ ਪੈ ਸਕਦਾ ਜਾਂ ਨਹੀਂ ਦੇਖੋ ਜਿਹੜੀ ਖਾਣ ਵਾਲੀ ਦਵਾਈ ਹੈ ਉਹਨੇ ਪੂਰੀ ਬੋਡੀ ਤੇ ਅਸਰ ਕਰਨਾ ਜਿੱਥੇ ਹਾਲੇ ਚਮੜੀ ਸਫੇਦ ਨਹੀਂ ਹੋਈ ਲੁਕੀ ਵੀ ਹੈ ਅੰਦਰ ਉਪਰੋਂ ਠੀਕ ਹੈ ਅੰਦਰੋਂ ਖਰਾਬ ਹੋ ਚੁੱਕੀ ਖਾਣ ਵਾਲੀ ਨੇ ਉੱਥੋਂ ਵੀ ਕਿਉਰ ਕਰਨਾ ਪਰ ਲਗਾਉਣ ਵਾਲੀ ਦਵਾਈ ਨੇ ਜਿਹੜੇ ਲੋਕਲ ਦਾਗ ਪੈ ਚੁੱਕੇ ਨੇ ਉਹਨਾਂ ਨੂੰ ਠੀਕ ਕਰਨਾ ਹੈ ਉਹਨੇ ਬਹੁਤ ਤੇਜ਼ੀ ਨਾਲ ਠੀਕ ਕਰਨਾ ਹੈ ਜੀ ਉਹਦੇ ਚ ਵੀ ਆਪਾਂ ਜਿਹੜੀ ਆਪਾਂ ਬਾਬਚੀ ਵਾਲੀ ਦਵਾਈ ਹੈ ਇਹਨੂੰ ਗੋਮੂਤਰ ਕਾਲੀ ਗਊ ਦੇ ਪਿਸ਼ਾਬ ਚ ਮਿਲਾ ਕੇ ਲਗਾ ਸਕਦੇ ਆ ਬਹੁਤ ਤੇਜ਼ੀ ਨਾਲ ਕਲਰ ਨੂੰ ਚੇਂਜ ਕਰ ਦਿੰਦੀ ਹੈ ਇਹਦੇ ਨਾਲ ਜਿਹੜਾ ਮਰੀਜ਼ ਹੈ ਉਹਦਾ ਵੀ ਹੌਸਲਾ ਵਧਦਾ ਵੀ ਹਾਂ ਮੈਂ ਠੀਕ ਹੋ ਰਿਹਾ ਹਾਂ ਠੀਕ ਹੈ ਤੇ ਪਰ ਜਦੋਂ ਆਪਾਂ ਲਾਉਨੇ ਆ ਉਹਦੇ ਚ ਕੀ ਹੁੰਦਾ ਇੱਕ ਤਾਂ ਪਹਿਲਾ ਲਾਲ ਲਾਲ ਦਾਗ ਬਣ ਗਏ ਫਿਰ ਫਿੰਸੀਆਂ ਹੋ ਗਈਆਂ ਬੰਦਾ ਡਰ ਜਾਂਦਾ ਵੀ ਪਤਾ ਨਹੀਂ ਰਿਐਕਸ਼ਨ ਕਰ ਗਈ ਇਹ ਹੋ ਗਿਆ ਇਹ ਹੋ ਗਿਆ ਕੁਝ ਨਹੀਂ ਹੈ ਉਹ ਦਵਾਈ ਦਾ ਅਸਰ ਹੈ ਜਿੰਨੇ ਲਾਲ ਦਾਗ ਜ਼ਿਆਦਾ ਬਨਣਗੇ ਜਿੰਨੀਆਂ ਫਿੰਥੀਆਂ ਹੋਣਗੀਆਂ ਉਹਨੇ ਜਲਦੀ ਉਹ ਕਯਰ ਹੋਊਗੀ ਜੀ ਤੇ ਜਿਸ ਤਰ੍ਹਾਂ ਤੁਸੀਂ ਗਊ ਮੂਤਰ ਦਾ ਜ਼ਿਕਰ ਕੀਤਾ ਹੈ ਕਿ ਉਹਦੇ ਵਿੱਚ ਆਪਾਂ ਆਬਚੀ ਨੂੰ ਮਿਲਾ ਕੇ ਲਗਾ ਸਕਦੇ ਆ ਪਰ ਗਊ ਮੂਤਰ ਰੋਜ਼ਾਨਾ ਆਪਾਂ ਨੂੰ ਤਾਜ਼ਾ ਚਾਹੀਦਾ ਜਾਂ ਫਿਰ ਆਪਾਂ ਇੱਕ ਡੱਬੀ ਦੇ ਵਿੱਚ ਇਹਦਾ ਪੂਰਾ ਕੋਲ ਤਿਆਰ ਕਰਕੇ ਰੱਖ ਸਕਦੇ ਆ ਗਊ ਮੂਤਰ ਨੂੰ ਲਿਆ ਕੇ 5-4 ਦਿਨ ਵਾਸਤੇ ਫ੍ਰਿਜ ਚ ਰੱਖਿਆ ਜਾ ਸਕਦਾ ਹੈ 5-4 ਦਿਨ ਬਾਅਦ ਤਾਂ ਉਹਨੂੰ ਬਦਲ ਲੈਣਾ ਚਾਹੀਦਾ ਕਿਉਂਕਿ ਉਸ ਤੋਂ ਜ਼ਿਆਦਾ ਇਹ ਕੱਢਦਾ ਨਹੀਂ ਹੈ ਖਰਾਬ ਹੋ ਜਾਂਦਾ ਹੈ ਜੇ ਆਪਾਂ ਬਾਦਾਮ ਰੋਜ਼ ਦੇ ਪੰਜ ਚਾਰ ਬਾਦਾਮ ਲੈ ਲਈਏ ਪਾਣੀ ਚ ਪਿਉ ਦੀਏ ਸਵੇਰੇ ਉੱਠ ਕੇ ਬਾਦਾਮ ਤੋਂ ਛਿਲਕਾ ਨਹੀਂ ਉਤਾਰਨਾ ਉਹਨੂੰ ਇੱਕ ਇੱਕ ਗਿਰੀ ਨੂੰ ਮੂੰਹ ਦੇ ਵਿੱਚ ਰੱਖ ਕੇ ਚਬਾਈਏ ਚਬਾਉਣ ਦਾ ਮਤਲਬ ਸਲਾਈਵਾ ਮਿਕਸ ਕਰੀਏ ਤਾਂ ਉਸ ਸਲਾਈਵੇ ਨਾਲ ਜਿਹੜੀ ਪ੍ਰਤੀਕਿਰਿਆ ਹੁੰਦੀ ਹੈ ਉਹਦੇ ਨਾਲ ਵੀ ਇਹ ਰੋਗ ਇਹ ਬਿਮਾਰੀ ਬਹੁਤ ਜਲਦੀ ਠੀਕ ਹੁੰਦੀ ਹੈ ਕਿਉਂਕਿ ਜਦੋਂ ਬਾਦਾਮ ਨੂੰ ਆਪਾਂ ਪਾਣੀ ਚ ਪਿਉਨੇ ਆ ਉਹਦੇ ਛਿਲਕੇ ਨਾਲ ਪਾਣੀ ਦਾ ਰਿਐਕਸ਼ਨ ਹੋ ਕੇ ਇੱਕ ਐਸਿਡ ਦੀ ਫਾਰਮੇਸ਼ਨ ਹੁੰਦੀ ਹੈ ਜਿਹੜੀ ਸਲਾਈਵਾ ਦੇ ਨਾਲ ਮਿਲ ਕੇ ਆਪਣੀ ਇਸ ਬਿਮਾਰੀ ਨੂੰ ਠੀਕ ਕਰਦਾ ਹੈ ਜੀ ਪਰ ਆਪਾਂ ਨੂੰ ਬਦਾਮ ਵਗੈਰਾ ਚਬਾ ਕੇ ਖਾਣੇ ਚਾਹੀਦੇ ਨੇ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਿਆ ਵੀ ਪੇਟ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਹਲਕੀਆਂ ਚੀਜ਼ਾਂ ਇਹਦੇ ਵਿੱਚ ਜਿੰਨੀਆਂ ਖਾਵਾਂਗੇ ਉਹਨੇ ਆਪਣੇ ਫਾਇਦੇਮੰਦ ਨੇ ਜਿੰਨੀਆਂ ਭਾਰੀਆਂ ਚੀਜ਼ਾਂ ਖਾਵਾਂਗੇ ਉਹਨੀਆਂ ਨੁਕਸਾਨਦੇਹਨੀਆਂ ਫਿਸ਼ ਵਗੈਰਾ ਨਾ ਖਾਧੀ ਜਾਵੇ ਬਾਕੀ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਚਿੱਟੇ ਕੱਪੜੇ ਨਹੀਂ ਪਾਉਣੇ ਜੀ ਚਿੱਟੀਆਂ ਚੀਜ਼ਾਂ ਨਹੀਂ ਖਾਣੀਆਂ ਜੋ ਪਹਿਲਾਂ ਬੈਮ ਸੀਗੇ ਇਹ ਵੀ ਨਹੀਂ ਹੋਣੇ ਚਾਹੀਦੇ ਤੇ ਇੱਕ ਜਿੰਨੀ ਵੀ ਕੋਈ ਜੇ ਆਪਾਂ ਰੋਟੀ ਵੀ ਖਾਣੇ ਆ ਜੇ ਚਬਾ ਕੇ ਖਾਵਾਂਗੇ ਤਾਂ ਉਹ ਆਪਣੇ ਫਾਇਦੇ ਚ ਜਾਊਗੀ ਕਿਉਂਕਿ ਜਾਨਵਰਾਂ ਦੇ ਵਿੱਚ ਇੱਕ ਉਹ ਹੁੰਦੀ ਹੈ ਵੀ ਉਹਨਾਂ ਨੇ ਖਾ ਲਿਆ ਪਹਿਲਾਂ ਫਿਰ ਜਗਾਲੀ ਕਰ ਲੈਂਦੇ ਨੇ ਉਹ ਦੁਬਾਰਾ ਮੂੰਹ ਚ ਲਿਆ ਕੇ ਸਲਾਈਵਾ ਮਿਕਸ ਕਰ ਲੈਂਦੇ ਨੇ ਆਪਣੇ ਕੋਲ ਉਹ ਪਾਵਰ ਨਹੀਂ ਹੈ ਜੇ ਆਪਾਂ ਇਹਨੂੰ ਪਹਿਲਾਂ ਹੀ ਚਵਾ ਕੇ ਖਾਈਏ ਇਹ ਰੋਟੀ ਧਿਆਨ ਨਾਲ ਖਾ ਕੇ 5 ਮਿੰਟ ਵੱਧ ਦੇ ਦੀ ਉਹਨੂੰ ਖਾਣ ਨੂੰ ਤਾਂ ਆਪਾਂ ਇਹਨਾਂ ਬਿਮਾਰੀਆਂ ਤੋਂ ਵੈਸੇ ਹੀ ਮੁਕਤ ਹੋ ਸਕਦੇ ਜੀ ਤੇ ਇੱਕ ਹੋਰ ਸਵਾਲ ਹੈ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਮੱਛੀ ਹੈ ਜਿਹੜੀ ਉਹ ਇਹਦਾ ਕਾਰਕ ਬਣ ਸਕਦੀ ਹੈ ਕਿਉਂਕਿ ਮੱਛੀ ਖਾਣ ਤੋਂ ਬਾਅਦ ਜੇਕਰ ਅਸੀਂ ਦੁੱਧ ਪੀ ਲੈਂਦੇ ਆ ਇਹਦੇ ਵਿੱਚ ਇੱਕ ਸਵਾਲ ਇਹ ਹੈ ਕਿ ਅ ਮੱਛੀ ਤੋਂ ਬਾਅਦ ਦੇ ਵਿੱਚ ਕੇਵਲ ਦੁੱਧ ਪੀਣ ਨਾਲ ਹੀ ਹੁੰਦਾ ਜਾਂ ਜਾਂ ਫਿਰ ਜਿਵੇਂ ਆਪਾਂ ਦੁੱਧ ਤੋਂ ਬਣੇ ਕੋਈ ਵੀ ਉਤਪਾਦ ਆ ਪਨੀਰ ਹੋ ਗਿਆ ਦਹੀਂ ਹੋ ਗਿਆ ਉਹਦੇ ਨਾਲ ਵੀ ਫਰਕ ਪੈਂਦਾ ਕਿਸੇ ਨਾਲ ਵੀ ਹੋ ਸਕਦਾ ਹੈ ਮੱਛੀ ਦੇ ਉੱਤੇ ਜੀ ਈਵਨ ਕਿ ਸ਼ਰਾਬ ਦੇ ਉੱਤੇ ਦੀ ਵੀ ਦੁੱਧ ਪੀਣ ਨਾਲ ਹੋ ਸਕਦੀ ਹੈ ਜੀ ਜੀ ਤੇ ਨਾਲ ਇੱਕ ਹੋਰ ਹੁੰਦਾ ਕਿ ਆਪਾਂ ਮੱਛੀ ਤਾਂ ਖਾਂਦੇ ਆ ਪਰ ਜਿਹੜੇ ਹੋਰ ਰੂਪ ਨੇ ਜਿਵੇਂ ਆਪਾਂ ਮੀਟ ਵਗੈਰਾ ਵੀ ਖਾਂਦੇ ਨੇ ਉਹਦੇ ਤੇ ਵੀ ਪ੍ਰੇਜ਼ ਕਰਨਾ ਚਾਹੀਦਾ ਜਾਂ ਫਿਰ ਉਹਦੇ ਤੋਂ ਬਾਅਦ ਦੁੱਧ ਪੀ ਸਕਦੇ ਗ੍ਰੰਥਾਂ ਦੇ ਵਿੱਚ ਮੱਛੀ ਬਾਰੇ ਬਿਲਕੁਲ ਸਪਸ਼ਟ ਲਿਖਿਆ ਪਰ ਜੇ ਆਪਾਂ ਉਹਦੇ ਮੁਤਾਬਕ ਚੱਲੀਏ ਤਾਂ ਆਪਾਂ ਨੂੰ ਬਾਕੀ ਨਾਨ ਵੈਜ ਨੇ ਜਿਹੜੇ ਉਹਨਾਂ ਦੇ ਉੱਤੇ ਦੀ ਵੀ ਦੁੱਧ ਦਾ ਪਰਹੇਜ਼ ਕਰਨਾ ਹੀ ਚਾਹੀਦਾ ਤਾਂ ਕਿ ਇਸ ਤੋਂ ਬਚਿਆ ਜਾ ਸਕੇ ਜੀ ਡਾਕਟਰ ਸਾਹਿਬ ਜਿਹੜਾ ਇਸ ਬਿਮਾਰੀ ਤੋਂ ਬੰਦਾ ਗ੍ਰਸਤ ਹੁੰਦਾ ਹੈ ਕੋਈ ਵੀ ਵਿਅਕਤੀ ਹੈ ਕਿਸੇ ਵੀ ਉਮਰ ਦਾ ਹੋ ਸਕਦਾ ਹੈ ਤਾਂ ਉਹ ਨੂੰ ਜਦੋਂ ਹੋ ਗਿਆ ਗ੍ਰਸਤ ਉਹ ਤਾਂ ਸਰੀਰ ਦੇ ਉੱਤੇ ਉਹਦੇ ਤੇ ਬੀਤਦੀ ਹੈ ਜੋ ਬੀਤਦੀ ਹੈ ਕੁਛ ਇਹਦੇ ਨਾਲ ਇਰੀਟੇਸ਼ਨ ਵਗੈਰਾ ਵੀ ਹੁੰਦੀ ਆ ਜਾਂ ਸਰੀਰ ਦੇ ਉੱਤੇ ਕੋਈ ਹੋਰ ਵੀ ਪਰਵਰਤਨ ਆਉਂਦੇ ਨੇ ਜਿਹਦੇ ਨਾਲ ਬਿਹਾਲਜਾ ਹੋ ਜਾਵੇ ਇਹਦਾ ਕੋਈ ਵੀ ਇਹ ਜਹਾ ਉਹ ਨਹੀਂ ਐ ਨਾ ਇਹ ਚ ਇਰੀਟੇਸ਼ਨ ਹੋਵੇ ਨਾ ਕੋਈ ਹੋਰ ਬਿਹਾਲ ਹੋਵੇ ਨਾ ਕੋਈ ਦਰਦ ਹੋਵੇ ਇਹਦਾ ਇੱਕ ਦੇਖਣ ਨੂੰ ਮਾੜੀ ਲੱਗਦੀ ਐ ਬੰਦਾ ਆਪਣੇ ਆਪ ਚ ਕੰਪਲੈਕਸ ਚ ਆ ਜਾਂਦਾ ਜੇ ਉਹ ਨੂੰ ਨੌਲੇਜ ਹੋਊਗੀ ਤਾਂ ਉਹਦੇ ਚ ਜਿਹੜਾ ਹੀਣ ਭਾਵਨਾ ਆਉਣੀ ਐ ਉਹ ਨਹੀਂ ਆਊਗੀ ਤਾਂ ਉਹ ਸਮਾਜ ਨਾਲ ਵਧੀਆ ਫਾਈਟ ਕਰ ਸਕਦਾ ਸਮਾਜ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਤੇ ਮਰੀਜ਼ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਵੀ ਇਹਦਾ ਕੋਈ ਦਿੱਕਤ ਨਹੀਂ ਹੈ ਸਿਰਫ ਇੱਕ ਕਾਸਮੈਟਿਕ ਦਿਖਾਵੇ ਦਾ ਫਰਕ ਹੈ ਹੋਰ ਇਹ ਇਸ ਬਿਮਾਰੀ ਦਾ ਕੋਈ ਨੁਕਸਾਨ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਇਦਰ ਜੀ ਤੇ ਉਮਰ ਦਾ ਜ਼ਿਕਰ ਕੀਤਾ ਜਾਵੇ ਤਾਂ ਉਮਰ ਕਿਹੜੀ ਦੇ ਵਿੱਚ ਇਹ ਹੋ ਸਕਦੀ ਹੈ ਬੱਚਿਆਂ 'ਚ ਵੀ ਹੋ ਸਕਦੀ ਹੈ ਜਾਂ ਫਿਰ ਜਦੋਂ ਉਮਰਦਰਾਜ਼ ਬੰਦਾ ਹੋ ਜਾਂਦਾ ਉਸ ਤੋਂ ਬਾਅਦ ਵੀ ਹੋ ਸਕਦੀ ਹੈ ਜੀ ਇਹ ਨਵੇਂ ਜੰਮੇ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਤੱਕ ਬਿਰਧ ਤੋਂ ਬਿਰਧ ਕਿਸੇ ਕਿੰਨੇ ਵੀ ਉਮਰ ਹੋਵੇ ਕਿਸੇ ਨੂੰ ਵੀ ਹੋ ਸਕਦੀ ਹੈ ਕਿਸੇ ਵੀ ਜਗ੍ਹਾ ਤੇ ਹੋ ਸਕਦੀ ਹੈ ਕਿਸੇ ਵੀ ਟਾਈਮ ਹੋ ਸਕਦੀ ਹੈ ਇਸ ਕਰਕੇ ਇਹਦੀ ਕੋਈ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਵੀ ਇਹ ਇਹਨੂੰ ਹੋਊਗੀ ਜਾਂ ਇਹਨੂੰ ਨਹੀਂ ਹੋਊਗੀ ਜਾਂ ਇਸ ਉਮਰ ਚ ਹੋਊਗੀ ਜਾਂ ਇੰਨੀ ਹੋਊਗੀ ਇਹ ਕੋਈ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਇਹ ਸਾਰਿਆਂ ਵਾਸਤੇ ਕਾਮਨ ਹੈ ਕਿਤੇ ਕਿਸੇ ਨੂੰ ਵੀ ਹੋ ਸਕਦੀ ਹੈ ਜਿਹੜਾ ਮਿੱਥਿਆ ਹਰ ਬਿਹਾਰ ਖਾਂਦਾ ਜਿਹਦਾ ਪੇਟ ਸਾਫ਼ ਨਹੀਂ ਰਹਿੰਦਾ ਉਹ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਡਾਕਟਰ ਸਾਹਿਬ ਇਹ ਜੈਨੇਟਿਕ ਹੈ ਜਿਸ ਤਰ੍ਹਾਂ ਪੀੜੀਦਰ ਪੀੜੀ ਵੀ ਆ ਸਕਦੀ ਹੈ ਜਿਸ ਤਰ੍ਹਾਂ ਕਿ ਮਤਲਬ ਕਿ ਮਾਂ ਤੋਂ ਬੱਚੇ ਨੂੰ ਹੋ ਸਕਦੀ ਹੈ ਜੀ ਇਹਨੂੰ ਹੈਰਿਡੀਟੀ ਬੀ ਬਿਮਾਰੀ ਕਿਹਾ ਗਿਆ ਮਾਂ ਤੋਂ ਬੱਚੇ ਨੂੰ ਹੋਣ ਦੇ ਚਾਂਸ ਘੱਟ ਨੇ ਇੱਕ ਪੀੜੀ ਛੱਡ ਕੇ ਹੋਣ ਦੇ ਚਾਂਸ ਜਿਆਦਾ ਹੁੰਦੇ ਨੇ ਜੀ ਜਿਵੇਂ ਨਾਨਾ ਨਾਨੀ ਨੂੰ ਹੈ ਉਸ ਤੋਂ ਆ ਗਈ ਦਾਦਾ ਦਾਦੀ ਨੂੰ ਹੈ ਉਸ ਤੋਂ ਆ ਗਈ ਅਗਲੀ ਪੀੜੀ ਨੂੰ ਹੋ ਤਾਂ ਸਕਦੀ ਹੈ ਪਰ ਉਹ ਇਹ ਜੇ ਬਹੁਤ ਘੱਟ ਚਾਂਸ ਨੇ ਇੱਕ ਪੀੜੀ ਛੱਡ ਕੇ ਹੁੰਦੇ ਇਹਦੇ ਜਿਆਦਾ ਚਾਂਸ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਇੱਕ ਗੰਭੀਰ ਰੋਗ ਜਿਹੜਾ ਸਾਨੂੰ ਸਮਾਜ ਦੇ ਵਿੱਚ ਵੀ ਹੀਣ ਭਾਵਨਾ ਦਾ ਸ਼ਿਕਾਰ ਬਣਾ ਦਿੰਦਾ ਉਹਦੇ ਉੱਤੇ ਚਰਚਾ ਕੀਤੀ ਸਾਨੂੰ ਟਿਪਸ ਦਿੱਤੇ ਕਿ ਆਯੁਰਵੇਦ ਦੇ ਵਿੱਚ ਕਿਸ ਤਰ੍ਹਾਂ ਆਪਾਂ ਇਸ ਨੂੰ ਕਯੂਰ ਕਰ ਸਕਦੇ ਹਾਂ ਤੇ ਸਾਡੇ ਦਰਸ਼ਕ ਵੀ ਜਿਨ੍ਹਾਂ ਦੇ ਕੋਈ ਕਰੀਬੀ ਇਸ ਬਿਮਾਰੀ ਤੋਂ ਗ੍ਰਸਤ ਨੇ ਉਹ ਵੀ ਥੋੜੀ ਜੀ ਰਾਹਤ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਕਿ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਆ ਕਿਸ ਤਰ੍ਹਾਂ ਇਹ ਫੈਲਦੀ ਆ ਤੇ ਕਿਵੇਂ ਇਸ ਨੂੰ ਆਪਾਂ ਠੀਕ ਕਰ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਸਾਰਾ ਸੋ ਟੇਕ ਕੇਅਰ ਪ੍ਰੋਗਰਾਮ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਨਵੇਂ ਰੋਗ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਦੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ